रहीम तमाम दोस्त, मेरे मेरे सब मेरी सब दोस्त तो भाई चैनल तरफों असलम उम्मीद है पचहत्तर सौ बठ च पंडरा प्ले करना है थाईलैंड लोटरी सत्तर सॉरी सठ सत्तर पंडरा प्ले करना है साल की दूसरी पट्टी ते तो करनी है बड़ी प्यारी वीडियो बहुत ही प्यारी रिसर्च अपने दोस्तों के सामने रखनी इनशाला दोस्तों को पसंद आई ਕੋਸ਼ਿਸ਼ ਕਰਿਆ ਕਰੋ ਭਾਈ ਵੀਡੀਓ ਪੂਰੀ ਵੇਖਿਆ ਕਰੋ ਰੂਟ ਇੰਚੀ ਲੱਗੇ ਪਸੰਦ ਆਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰਨਾ ਹੈ ਤਾਂ ਕਿ ਸਾਡੇ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦੋਂ ਜਲਦ ਪਹੁੰਚੇ ਕਾਫੀ ਦੋਸਤਾਂ ਨੇ ਯਾਰ ਨਾ ਐ ਬੈਕ ਆਕੜੇ ਪਰੋਂ ਕੀ ਆਇਆ ਕਿ ਯਾਰ ਬੈਕ ਆਕੜਾ ਸਿੰਗਲ ਵਖਾ ਦੇ ਤੇ ਮੈਂ ਅੱਜ ਰੂਟ ਬੜਾ ਪਿਆਰਾ ਰੂਟ ਜਿਹੜਾ ਕਿ ਬੈਕ ਆਕੜੇ ਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਹੈ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਬੜੀ ਅੱਛੀ ਰਿਸਰਚ ਹੈ ਬੜੀ ਅੱਛੀ ਮਿਹਨਤ ਹੈ ਜਿਹੜੀ ਕਿ ਮੈਂ ਆਪਣੇ ਦੋਸਤਾਂ ਦੇ ਸਾ ਤੇ ਤਵੱਜੂ ਕਰਨੇ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਸਿੰਗਲ ਬੈਕ ਆਖੜਾ ਯਾਰ ਬੜੇ ਪਿਆਰੇ ਐਂਗਲ ਦੇ ਨਾਲ ਬਹੁਤ ਹੀ ਪਿਆਰੇ ਐਂਗਲ ਦੇ ਨਾਲ ਯਾਰ ਨਾ 40000 ਬੌਂਡ ਦੇ ਵਿੱਚ ਇਹ 6 ਜਮਾ ਸਾਲ ਦੀ ਪਹਿਲੀ ਪੱਟੀ ਤੇ ਲੱਗ ਜਾਵੇ ਇਹ ਪਹਿਲੀ ਦਫਾ ਲੱਗੀ ਯਾਰ ਫਿਰ ਆ ਕੇ 6 ਜਮਾ ਕਾਫੀ دیر ਬਾਅਦ ਇਹ ਲੱਗੀ ਫਿਰ 6 ਜਮਾ ਇਹ ਲੱਗੀ ਯਾਰ ਸਿੱਧਾ ਸਿੱਧਾ ਦੱਸ ਦੇਣਾ ਮੈਂ ਆਪਣੇ ਦੋਸਤਾਂ ਨੂੰ ਕਿ 2 ਸਾਲ ਛੱਡ ਕੇ ਨਾ ਤੀਸਰੇ ਸਾਲ ਦੀ ਆਪਾਂ ਦੂਸਰੀ ਪੱਟੀ ਤੇ ਡਰਾ ਕਰਨੇ। ਤਵੱਜੂ ਕਰਨੀ ਹੈ ਬੜੇ ਪਿਆਰੇ ਐਂਗਲ ਦੇ ਨਾਲ ਨਾ ਇਹ ਪਿਛਾ ਪੂਰੀ ਹਰ ਚੀਜ਼ ਕਰਕੇ ਅੱਜ ਬੈਕ ਆਕੜਾ ਲੱਗਣ ਵਾਸਤੇ ਖੜਾ ਜਿਹੜਾ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ। ਇਨਸ਼ਾਅੱਲਾਹ ਅੱਲਾਹ ਨੇ ਚਾਹਿਆ ਤੇ ਮੇਰੇ ਦੋਸਤਾਂ ਨੂੰ ਪਸੰਦਾ ਆਸੀ। ਇਹਨੀਆਂ ਸ਼ਰਤਾਂ ਸੰਯਾਰ ਜਿਹੜੀਆਂ ਕਿ ਇਹਨੇ ਪਹਿਲੇ ਪੂਰੀਆਂ ਕੀਤੀਆਂ ਨੇ ਉਸ ਤੋਂ ਬਾਅਦ ਇਹ ਕਹਿੰਦਾ ਕਿ ਇੱਥੇ ਬੈਕ ਆਕੜਾ ਕੱਲਾ ਹੀ ਲੱਗਣਾ ਚਾਹੀਦਾ ਹੈ। ਔਰ ਰੂਟ ਦੇ ਮੁਤਾਬਕ ਰੂਟ ਅੱਛਾ ਲੱਗੇ ਪਸੰਦ ਆਵੇ ਤੇ ਲਾਈਕ ਜ਼ਰੂਰ ਕਰਨਾ ਮੇਰੇ ਦੋਸ 1500 ਬਾਉਂਡ ਦੇ ਵਿੱਚ ਸੈਂਟਰ ਲੱਗਿਆ ਸੀ 9 ਦਾ ਇਸ 9 ਨੇ ਐਸੀ ਬਾਉਂਡ ਦੇ ਵਿੱਚ ক্লোਜ਼ ਲਗਣਾ ਸੀ ਆ ਕੇ ਜਦੋਂ 6 ਜਮਾ ਲਗਣੀ ਸੀ ਨਾ ਇਹਦੇ ਉਤਲੀ ਪੱਟੀ ਤੇ ਨਾ ਆਖਰੀ ਪੱਟੀ ਤੇ 9 ਦਾ ਸੈਂਟਰ ਸੀ ਇਹੀ 9 ਨੇ ক্লোਜ਼ ਲਗਣਾ ਸੀ ਆ ਕੇ ਤੇ ਇਹ ਪਹਿਲੀ ਦਫਾ ਲੱਗਿਆ ਤੇ ਇਹਦੇ ਕਰਾਸ ਦੇ ਵਿੱਚ 9 ਤੋਂ ਬਗੈਰ ਫਰਸਟ ਡਰਾ ਨਹੀਂ ਹੋਣਾ ਸੀ ਇਹ ਲੱਗਿਆ ਫਿਰ ਆ ਕੇ ਯਾਰ ਜਦੋਂ ਇਹ 6 ਜਮਾ ਲੱਗੀ ਉੱਤੇ 7 ਸੀ ਇਹੀ ਸੱਤ ਨੇ ਕਲੋਜ਼ ਆਖਰੀ ਪੱਟੀ ਤੇ ਲੱਗਣਾ ਸੀ 1500 ਬੌਂਡ ਚ ਇਹਦੇ ਕਰਾਸ ਦੇ ਵਿੱਚ 9 ਦੇ ਫਿਗਰ ਤੋਂ ਬਗੈਰ ਫਰਸਟ ਡਰਾ ਨਹੀਂ ਹੋਣਾ ਸੀ ਇਹ ਲੱਗ ਗਈ ਯਾਰ ਫੇਰਾ ਕਿ ਆ 6 ਜਮ ਲੱਗੀ ਯਾਰ ਇਹ ਉੱਤੇ ਦੋ ਦਾ ਸੈਂਟਰ ਸੀ ਤੇ ਮੈਂ ਆਪਣੇ ਦੋਸਤਾਂ ਨਾਲ ਇੱਥੇ ਦੋ ਦਾ ਕਲੋਜ਼ ਸ਼ੇਅਰ ਕੀਤਾ ਸੀ ਕਾਫੀ ਪੁਰਾਣੀ ਵੀਡੀਓ ਮੇਰੇ ਦੋਸਤਾਂ ਨੂੰ ਪਤਾ ਹੈ ਉਸ ਤੋਂ ਬਾਅਦ ਵੀ ਵੀਡੀਓ ਲਾਈ ਸੀ ਬੜੀ ਅੱਛੀ ਕਾਮਯਾਬ ਹੋਈ ਸੀ ਤੇ ਇੱਥੇ 9 ਤੋਂ ਬਗੈਰ ਫਰਸਟ ਫੇਰ ਡਰਾ ਨਹੀਂ ਸੀ ਔਰ ਪੂਰਾ ਸਟੈਪ ਇਹਨੇ ਬਣਾਇਆ ਇਹ 6 ਜਮ ਲੱਗੀ ਉੱਤਲੇ 9 ਸੀ ਸੈਂਟਰ 9 ਹੀ ਆਖਰੀ ਪੱਟੀ ਚ ਕਲੋਜ਼ ਲੱਗਣਾ ਸੀ ਇੱਥੇ 9 ਤੋਂ ਬਗੈਰ ਡਰਾ ਨਹੀਂ ਹੋਣਾ ਸੀ 7500 ਬੌਂਡ ਵਿੱਚ ਫਿਰ ਆ ਕੇ 6 ਜਮ ਲੱਗਿਆ 7 ਸੀ ਇਹੀ 7 ਨੇ ক্লোਜ਼ ਲਗਣਾ ਸੀ ਕਰਾਸ ਦੇ ਵਿੱਚ ਪਹਿਲੀ ਪੱਟੀ ਤੇ 9 ਤੋਂ ਬਗੈਰ ਫਰਸਟ ਡਰਾ ਨਹੀਂ ਹੋਣਾ ਸੀ ਇਹ 6 ਜਮ ਲੱਗੀ ਆ 2 ਸੀ ਦੋ ਨੇ ক্লোਜ਼ ਲਗਣਾ ਸੀ ਤੇ ਇਹਦੇ ਕਰਾਸ ਦੇ ਵਿੱਚ 9 ਤੋਂ ਬਗੈਰ ਡਰਾ ਨਹੀਂ ਹੋਣਾ ਸੀ ਇਹ ਯਾਰ 9 ਦਾ ਫਿਗਰ ਲੱਗਿਆ ਫਿਰ ਇਸ ਤੋਂ ਅਗਲੀ ਕਹਾਣੀ ਹਿੰਦੀ ਮੈਂ ਆਪਣੇ ਦੋਸਤਾਂ ਨੂੰ ਸੁਣਾ ਦੇਵਾਂ ਕਿ ਇਹਦੇ ਕਰਾਸ ਦੇ ਵਿੱਚ 4 ਦਾ ਚੌਥਾ ਫਿੰਗਰ ਲੱਗਿਆ ਇਸੇ ਹੀ ਸਾਲ ਦੇ ਵਿੱਚ ਤੱਕ ਇਹ ਚੋਕਿਆਂ ਦਾ ਜੋੜਾ ਲੱਗਿਆ ਹੁਣ ਮੇਰੇ ਦੋਸਤਾਂ ਨੂੰ ਇਹ ਸੈੱਟ ਦੀ ਸਮਝ ਆਵੇਗੀ ਜਦੋਂ ਮੈਂ ਪੂਰਾ ਕੰਪਲੀਟ ਵਿਖਾਵਾਂਗਾ ਤਾਂ ਪੂਰੀ ਪੀਸੀ ਆਪਣੀ ਮਿਸ ਹੋਈ ਸੀ ਸੈਂਟਰ ਦੀ ਵਜ੍ਹਾ ਤੋਂ ਚੌਥਾ ਫਿੰਗਰ ਵੀ ਲੱਗਿਆ ਸੀ ਆਕੜਾ ਵੀ ਕੰਪਲੀਟ ਲੱਗਿਆ ਸੀ ਫਿਰ ਯਾਰ ਜਦੋਂ ਇਹ ਲੱਗਿਆ ਸੈੱਟ ਇਹਨੇ ਹਰ ਚੀਜ਼ ਨੂੰ ਪੂਰਾ ਕੀਤਾ ਐਸੇ ਸਾਲ ਦੀ ਨਾ ਅਸੀਂ ਤੀਸਰੀ ਪੱਟੀ ਤੇ ਡਰਾਅ ਕਰਨਾ ਸੀ ਤੇ ਪਿੱਛੇ ਪੰਜ ਲੱਗਣਾ ਸੀ ਚੌਥਾ ਫਿੰਗਰ ਤੇ ਇਸ ਪੰਜਾਂ ਦਾ ਜੋੜਾ ਲੱਗਣਾ ਸੀ ਇਹ ਲੱਗਿਆ ਯਾਰ ਜੇ ਜਿੱਕੇ ਚੌਕਾ ਲੱਗਿਆ ਤੇ ਚੌਕੇ ਦਾ ਜੋੜਾ ਅੱਗੇ ਜੇ ਪੰਜਾ ਲੱਗਿਆ ਤੇ ਪੰਜਿਆਂ ਦਾ ਜੋੜਾ ਲੱਗਣਾ ਸੀ ਯਾਰ ਤੇ ਮੈਂ ਆਪਣੇ ਦੋਸਤਾਂ ਨਾਲ ਇੱਥੋਂ ਸੈੱਟ ਸ਼ੇਅਰ ਕੀਤਾ ਸੀ ਕਿ 6 ਜਮਾਂ ਲੱਗੀ ਇਹ ਦੋ ਕਲੋਜ਼ ਵੀ ਲੱਗਿਆ ਕ੍ਰਾਸ ਦੇ ਵਿੱਚ 9 ਦਾ ਫਿਗਰ ਵੀ ਆਇਆ ਇੱਥੇ ਅਸੀਂ ਡਰਾ ਕਰਨਾ ਸੀ ਤੇ ਪਿੱਛੇ 6 ਦਾ ਫਿੰਗਰ ਹੋਣਾ ਜ਼ਰੂਰੀ ਸੀ ਇੱਥੇ ਚੌਥੇ ਫਿੰਗਰ ਦੀ ਵੀਡੀਓ ਵੀ ਲਾਈ ਸੀ ਮੇਰੇ ਦੋਸਤਾਂ ਨੂੰ ਪਤਾ ਹੈ ਇਹ ਪਹਿਲੇ 4 ਲੱਗੇ ਅੱਗੇ ਜੋੜਾ ਫਿਰ 5 ਲੱਗਿਆ ਸੌਰੀ ਫੇਰਾ 5 ਲੱਗਿਆ ਜੋੜਾ ਇੱਥੇ 6 ਲੱਗਿਆ ਸੀ ਤੇ ਇੱਥੇ ਜੋੜਾ ਮੈਂ ਛੜ ਦਾਖੜਾ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਸੀ ਛੜ ਦਾ ਆਪਣੇ ਦੋਸਤਾਂ ਆਪਣੇ ਭਾਈਆਂ ਨਾਲ ਸ਼ੇਅਰ ਕੀਤਾ ਸੀ ਕਿ ਤੇ 4 ਦਾ ਅਕੜਾ ਲੱਗੇਗਾ 16 ਲੱਗੀ 4 ਦਾ ਥੱਲੇ ਲੱਗਿਆ ਸੀ 68 ਨਾਲ ਪੀਸੀ ਲੱਗੀ ਸੀ ਗਲਬਨ ਏ 37 ਆਪਾਂ ਖੇੜੀ ਸੀ ਸ਼ਾਰਟਸ ਸਟਾਈ ਸੀ ਯਾ ਸਟਾਰ 37 ਆਪਾਂ ਖੇਲੀ ਸੀ ਤੋ ਉਹ ਸਟਾਰ 27 ਲੱਗੀ ਹੈ ਸਟਾਰ 37 ਲੱਗੀ ਹੁਣ ਯਾਦ ਨਹੀਂਗਾ ਇੱਥੇ ਆਪਾਂ ਪੂਰੀ ਪੀਸੀ ਖੇਲੀ ਸੀ ਕਾਫੀ ਦੋਸਤਾਂ ਨੇ ਕਿਹਾ ਸੀ ਕਿ ਬੜਾ ਪਿਆਰਾ ਸੈੱਟ ਸੀ ਲੇਕਿਨ ਸੈਂਟਰ ਮਿਸ ਹੋ ਗਿਆ ਸੀ ਤੇ ਉੱਤੇ ਵੀ 16 ਦਾ ਅਕੜਾ ਲਾ ਗਿਆ ਅੱਜ ਅਸੀਂ 1 2 3 4 ਹੱਥਲੇ ਸਾਹਮਣੇ ਇੱਥੇ ਡਰਾ ਕਰਨਾ ਹੈ ਬੜੇ ਪਿਆਰੇ ਐਂਗਲ ਦੇ ਨਾਲ ਨਾਲ ਸਿੰਗਲ ਬੈਕ ਆਕੜਾ ਯਾਰ ਜਿਹੜਾ ਲੱਗਦਾ ਆ ਰਿਹਾ ਸਭ ਤੋਂ ਪਹਿਲੀ ਦਫਾ ਯਾਰ ਆ 24 ਲੱਗੀ 6 ਜਮਾ 40000 ਬਾਂਡ ਦੇ ਵਿੱਚ ਪਹਿਲੀ ਪੱਟੀ ਤੇ 6 ਜਮਾ ਲੱਗ ਜਾਵੇ ਉਥਲਾ ਸੈਂਟਰ ਥੱਲੇ ਵਾਲੀ ਪੱਟੀ 'ਚ ক্লোਜ਼ ਲੱਗੇਗਾ ਇਹਦੇ ਕਰਾਸ 'ਚ ਨੋ ਦਾ ਫਿਗਰ ਲੱਗੇਗਾ ਇਹਦੇ ਕਰਾਸ 'ਚ ਚੋਕਾ ਲੱਗਾ ਤੇ ਇਹਦਾ ਹੀ ਜੋੜਾ ਲੱਗਾ 4 ਹੱਥਲੇ ਸੀ ਇੱਥੇ ਡਰਾ ਕਰਨਾ ਸੀ ਤੇ ਬੈਕ ਆਕੜਾ ਕੀ ਲੱਗੇ ਯਾਰ 86 ਦਾ ਤਵਜਹ ਕਰਨੀ ਮੇਰੇ ਦੋਸਤਾਨੇ ਇਹ ਜਦੋਂ ਇਹ ਚੌਕਾ ਲੱਗਿਆ ਇਹਨਾਂ ਦਸ ਨੇ 1 2 3 4 ਹੱਥਲੇ ਤੇ 7500 ਬੌਂਡ ਦੇ ਵਿੱਚ ਬੈਕ ਆਕੜਾ 86 ਦਾ ਪਲੇ ਹੋ ਗਿਆ ਬੈਕ ਆਕੜਾ 86 ਦਾ ਦੁਬਾਰਾ ਯਾਰ ਜਦੋਂ ਸੈੱਟ ਲੱਗਿਆ ਇਹ 7 ਲੱਗਿਆ ਇਹੀ 7 ਥੱਲੇ ক্লোਜ਼ ਲੱਗਣਾ ਸੀ ਕ੍ਰਾਸ ਚ 9 ਤੱਕ ਡਰਾ ਨਹੀਂ ਸੀ ਇੱਥੇ 5 ਦਾ ਫਿੰਗਰ ਲੱਗਣਾ ਸੀ ਚੌਥਾ 15000 ਬੌਂਡ ਚ ਤੇ ਅੱਗੇ ਜੋੜਾ ਲੱਗਣਾ ਸੀ 4 ਹੱਥਲੇ ਸੀ ਆਵਾਂਗੇ ਇੱਥੇ ਅਸੀਂ ਡਰਾ ਕਰਨਾ ਸੀ ਤੇ ਬੈਕ ਆਕੜਾ ਕੀ ਲੱਗੇ ਯਾਰ ਉਹ ਰਹੀ ਛਾਸੀ ਫਿਰ ਆ ਕੇ ਅਰੇ 6 ਦੇ ਮਲਗੀ ਇਹ ਦੋ ਲੱਗਿਆ ਇਹੀ ਦੋਲ ਆ ਕੇ ক্লোਜ਼ ਲੱਗਿਆ ਇਹ 9 ਤੋ ਗਿਆ ਡਰਾ ਨਹੀਂ ਤਰਾਸ ਦੇ ਵਿੱਚ 6 ਦਾ ਫਿਕਰ ਲਗਣਾ ਸੀ ਤਿੰਨ ਦੇ ਨਾਲ ਜੋੜਾ ਲਗਣਾ ਸੀ ਲੇਕਿਨ 16 ਵੀ ਜੋੜੇ ਚੀਏ ਤੇ 68 ਵੀ ਜੋੜਾ ਸੈਕਿੰਡ ਚ ਲੱਗ ਗਿਆ ਅੱਜ 4 ਹੱਥ ਥੱਲੇ ਸੀ ਇੱਥੇ ਡਰਾ ਕਰਨੇ ਐ ਇੱਥੇ ਡਰਾ ਕਰਨਾ ਕਹਿੰਦਾ ਹੈ ਕਿ ਰੂਟ ਦੇ ਮੁਤਾਬਕ ਸਿੰਗਲ 86 ਦਾ ਬੈਕ ਆਕੜਾ ਲੱਗਣਾ ਚਾਹੀਦਾ ਹੈ ਸਿੰਗਲ 86 ਦਾ ਬੈਕ ਆਕੜਾ ਜੈਸਰੀ ਕੇ ਆ ਰਿਹਾ ਚਵੀ ਲੱਗੀ ਐ ਨੋ ਸੀ ਥੱਲੇ ਲੱਗਿਆ ਇੰਦੇ ਕਰਾਸ ਚ ਨੋ ਦਾ ਫਿਗਰ ਆਕੜੇ ਚ ਪਿੱਛੇ ਚੌਕਾ ਲਗਣਾ ਸੀ ਚੌਕਿਆਂ ਦਾ ਜੋੜਾ ਲਗਣਾ ਸੀ ਚਾਰ ਹੱਥ ਥੱਲੇ ਬੈਕ ਆਕੜਾ 86 ਦਾ ਫਿਰ ਆ ਕੇ ਆ ਰਿਹਾ ਸੈੱਟ ਲੱਗਿਆ 6 ਜਮਾ ਐ 7 ਥੱਲੇ 7 ক্লোਜ਼ ਲਗਣਾ ਸੀ ਨੋ ਦਾ ਫਿਗਰ 5 ਲਗਣਾ ਸੀ 5 ਨੇ ਜੋੜਾ ਲਗਣਾ ਸੀ ਚਾਰ ਹੱਥ ਥੱਲੇ ਸਿੰਗਲ 86 ਦਾ ਬੈਗ ਆਕੜਾ ਅੱਜ ਯਾਰ ਇਹ ਹਰਸ਼ੈ ਨੂੰ ਕਲੀਅਰ ਕਰਕੇ ਖਲਿਆ ਐ ਦੋਸ ক্লোਜ਼ ਵੀ ਲੱਗ ਗਿਆ ਨੋ ਦਾ ਫਿੰਗਰ ਵੀ ਲੱਗ ਗਿਆ ਐ 6 ਚੌਥਾ ਵੀ ਲੱਗ ਗਿਆ ਤੱਗੇ ਜੋੜਾ ਵੀ ਲੱਗ ਗਿਆ 1 2 3 4 ਹੱਥਲੇ ਤੇ ਅਸੀਂ ਇੱਥੇ ਡਰਾ ਕਰਨਾ ਹੈ ਸਿੰਗਲ ਬੈਕ ਆਕੜਾ ਕਹਿੰਦਾ ਕਿ 86 ਦਲਾਵੋ ਜਿसरी ਕਿ ਯਾਰ ਐ 86 ਲੱਗ ਗਿਆ 1 2 3 ਸਾਲ ਛੱਡ ਕੇ ਆਹ ਸੌਰੀ 2 ਸਾਲ ਛੱਡ ਕੇ ਤੀਸਰੇ ਸਾਲ ਦੀ ਦੂਸਰੀ ਪੱਟੀ 7500 ਬੌਂਡ ਬੈਕ ਆਕੜਾ 86 ਦਾ ਫੇਰ ਯਾਰ ਐ ਲੱਗੇ 1 2 ਸਾਲ ਛੱਡ ਕੇ ਤੀਸਰੇ ਸਾਲ ਦੀ ਦੂਸਰੀ ਪੱਟੀ ਤੇ 86 ਦਾ ਬੈਕ ਆਕੜਾ ਐ 6 ਜਮ ਲੱਗੀ 2 ਸਾਲ ਛੱਡ ਕੇ ਤੀਸਰੇ ਸਾਲ ਦੀ ਦੂਸਰੀ ਪੱਟੀ ਤੇ ਬੈਕ ਆਕੜਾ ਸਿੰਗਲ 86 ਦਾ ਅਗਰ ਦੋਸਤਾਂ ਨੂੰ ਸਮਝ ਆ ਜਾਵੇ ਤੇ ਇਹਨੂੰ ਪਲੇ ਕਰਨਾ ਹੈ ਅਦਰਵਾਇਜ਼ ਇਗਨੋਰ ਕਰ ਦੇਣਾ ਹੈ ਛੋੜ ਦੇਣਾ ਹੈ ਮੇਰੇ ਕੋਲ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲੀ ਉਹ ਚੀਜ਼ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਦਿੱਤੀ ਹੈ ਇਨਸ਼ਾਅੱਲਾ ਅੱਲਾਹ ਪਾਕ ਨੇ ਚਾਹਤ ਅਗਲੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਾਂਗਾ ਔਰ ਮੇਰੇ ਕੋਲ ਜੋ ਵੀ ਅੱਛੀ ਰਿਸਰਚ ਹੋਈ ਅੱਛੀ ਮਿਹਨਤ ਹੋਈ ਆਪਣੇ ਦੋਸਤਾਂ ਦੇ ਸਾਹਮਣੇ ਸਾਹਮਣੇ ਰੱਖ ਦੇ ਦੀ ਗਿਆਬ ਦਿਲ ਅੱਲਾਹ ਦੀ ਜ਼ਾਤ ਕੋਲੇ ਮੇਰਾ ਕੰਮ ਹੈ ਕੋਸ਼ਿਸ਼ ਕਰਨੀ ਰਿਸਰਚ ਕਰਨੀ ਰਿਸਰਚ ਕਰਕੇ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਸਾਹਮਣੇ ਰੱਖਣੀ ਇਹ ਸਿੰਗਲ ਬੈਕ ਆਕੜਾ ਯਾਰ ਕਾਫੀ ਦੋਸਤ ਕਹਿੰਦੇ ਨੇ ਯਾਰ ਬੈਕ ਆਕੜਾ ਭਾਈ ਲਾਇਆ ਕਰ ਕਿ ਅਸੀਂ ਬੈਕ ਆਕੜਾ ਵੀ ਪਲੇ ਕਰ ਲੈਣਾ ਕਈ ਦੋਸਤ ਕਹਿੰਦੇ ਨੇ ਕਿ ਯਾਰ ਸਾਡੀ ਸਾਈਡ ਤੇ ਬੈਕ ਆਕੜਾ ਪਲੇ ਨਹੀਂ ਹੁੰਦਾ ਮੈਂ ਆਪਣੇ ਵੱਲੋਂ ਰੂਟ ਅੱਛੇ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲੀ ਹੈ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਦਿੱਤੀ ਹੈ ਸਿੰਗਲ ਬੈਕ ਆਕੜਾ ਯਾਰ 86 ਦਾ ਕਿਸੇ ਦਿਸਮੇ ਚਾ ਜਾਵੇ ਤੈਨੂੰ ਲਾਜ਼ਮੀ ਪਲੇ ਕਰਾ ਜੇ ਅਦਰਵਾਈਜ਼ ਇਗਨੋਰ ਕਰ ਸਕਦੇ ਹੋ ਛੋੜ ਸਕਦੇ ਹੋ ਮੇਰਾ ਕੰਮ ਸੀ ਰੂਟ ਦੇ ਮੁਤਾਬਕ ਆਪਣੀ ਰਿਸਰਚ ਦੇ ਮੁਤਾਬਕ ਜੋ ਚੀਜ਼ਾਂ ਨਿਕਲੀਆਂ ਹੈ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਦਿੱਤੀ। ਇਨਸ਼ਾਅੱਲਾ ਅਗਲੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ। ਉਹਨਾਂ ਤੱਕ ਇਜਾਜ਼ਤ ਦਿਓ। ਅੱਲਾ ਹਫਿਜ਼।